ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਸਾਡੇ ਜਿਹੜੇ ਆਗੂ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆ ਕਿ ਉਹ ਇੰਨੀ ਦਲੇਰੀ ਨਾਲ ਅਜੇ ਤੱਕ ਲੱਗੇ ਹੋਏ ਨੇ, ਡਟੇ ਹੋਏ ਨੇ। ਸਾਡੇ ਸ਼ਹੀਦਾਂ ਨੂੰ ਪ੍ਰਣਾਮ ਆ। ਔਰ ਤੁਸੀਂ ਜਿੰਨੇ ਵੀ ਜਾਣੇ ਇੱਥੇ ਬੈਠੇ ਹੋ, ਅੱਜ ਮੌਜੂਦ ਹੋ, ਤੁਹਾਡੀ ਇੱਥੇ ਪ੍ਰੈਜੈਂਸ ਇਹ ਚੀਜ਼ ਦਾ ਸਬੂਤ ਆ ਕਿ ਤੁਸੀਂ ਇਸ ਸੰਘਰਸ਼ ਦੇ ਵਿੱਚ ਦਿਲੋਂ ਜੁੜੇ ਹੋਏ ਹੋ ਔਰ ਆਪਣਾ ਜਿਸ ਤਰੀਕੇ ਨਾਲ ਵੀ ਯੋਗਦਾਨ ਪਾ ਸਕਦੇ ਹੋ ਪਾ ਰਹੇ ਹੋ। ਚਾਹੇ ਤੁਸੀਂ ਇੱਥੇ ਬੈਠੇ ਹੋ, ਚਾਹੇ ਤੁਸੀਂ ਸੇਵਾ ਕਰ ਰਹੇ ਹੋ, ਚਾਹੇ ਵੀਡੀਓ ਬਣਾ ਕੇ ਤੁਸੀਂ ਪੋਸਟ ਕਰ ਰਹੇ ਹੋ ਤਾਂ ਕਿ ਲੋਕਾਂ 'ਚ ਹੋਰ ਅਵੇਅਰਨੈਸ ਜਿਹੜੀ ਆ ਉਹ ਫੈਲਾਈ ਜਾਵੇ ਇਸ ਪ੍ਰੋਟੈਸਟ ਨੂੰ ਲੈ ਕੇ ਕਿ ਸਾਡੇ ਨਾਲ ਕਿੰਨਾ ਧੱਕਾ ਹੋ ਰਿਹਾ। ਮੈਂ ਅੱਜ ਇਹੀ ਬੇਨਤੀ ਕਰਨ ਆਈ ਹਾਂ ਕਿ 26 ਤਰੀਕ ਨੂੰ ਜਿਹੜਾ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਉਲੀਕਿਆ ਜਾ ਰਿਹਾ, ਜਿੱਦਾਂ ਉਹ ਸਾਨੂੰ ਗਾਈਡ ਕਰਨਗੇ, ਜਿੱਦਾਂ ਸਾਨੂੰ ਇੰਸਟਰਕਟ ਕਰਨਗੇ, ਜਿਸ ਡਿਸਿਪਲਿਨ 'ਚ ਸਾਨੂੰ ਰਹਿਣ ਲਈ ਕਹਿਣਗੇ, ਉਸ ਉਹਦੇ ਅਨੁਸਾਰ ਆਪਾਂ 26 ਤਰੀਕ ਨੂੰ ਚੱਲਣਾ ਆ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਡਾ ਪ੍ਰੋਟੈਸਟ ਦੁਨੀਆ ਭਰ ਦੇ ਵਿੱਚ ਚਰਚਾ 'ਚ ਆ, ਕਿਉਂਕਿ ਇਹ ਬਹੁਤ ਪੀਸਫੁੱਲ ਅਤੇ ਸ਼ਾਂਤਮਈ ਤਰੀਕੇ ਨਾਲ ਆਪਾਂ ਕਰ ਰਹੇ ਹਾਂ ਇੰਨੇ ਲੰਮੇ ਸਮੇਂ ਤੋਂ। ਉਸੇ ਤਰੀਕੇ ਨਾਲ ਹੀ ਜਿਹੜੀ ਟਰੈਕਟਰ ਮਾਰਚ ਹੋਏਗੀ 26 ਤਰੀਕ ਨੂੰ, ਉਹਨੂੰ ਆਪਾਂ ਪੀਸਫੁੱਲ ਰੱਖਣਾ ਆ, ਕਿਉਂਕਿ ਸਰਕਾਰ ਤਾਂ ਪਹਿਲਾਂ ਹੀ ਚਾਹੁੰਦੀ ਆ ਕਿ ਅਸੀਂ ਕੁਛ ਇੱਦਾਂ ਦਾ ਸਟੈਪ ਲਈਏ, ਕੋਈ ਗਲਤ ਸਟੈਪ ਲਈਏ ਤਾਂ ਕਿ ਉਹ ਸਾਡੀ ਉਹਨੂੰ ਵੀਕਨੈਸ ਬਣਾ ਕੇ ਅਤੇ ਸਾਡੇ ਅਗੇਂਸਟ ਯੂਜ਼ ਕੀਤਾ ਜਾਵੇ ਕਿ ਇਹ ਤਾਂ ਦੇਖੋ ਜੋ ਅਸੀਂ ਇਹਨਾਂ 'ਤੇ ਇਲਜ਼ਾਮ ਲਾ ਰਹੇ ਸੀ ਇਹ ਤਾਂ ਉਹੀ ਕਰ ਰਹੇ ਨੇ। ਸੋ ਆਪਾਂ ਵਾਇਲੈਂਸ ਤੋਂ ਦੂਰ ਰਹਿਣਾ ਆ, 26 ਤਰੀਕ ਨੂੰ ਬਿਲਕੁਲ ਪੀਸਫੁੱਲ ਮਾਹੌਲ ਮੈਂ ਹੱਥ ਜੋੜ ਕੇ ਇਹੀ ਬੇਨਤੀ ਕਰਦੀ ਹਾਂ ਕਿ ਬਣਾ ਕੇ ਰੱਖਣਾ। ਔਰ ਆਪਣਾ ਮਕਸਦ ਇਹੀ ਆ ਕਿ ਇਹ ਜਿਹੜੇ ਬਿੱਲ ਨੇ ਇਹ ਆਪਾਂ ਰੱਦ ਕਰਾਉਣੇ ਆ। ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਾਂਗੀ ਕਿ ਜਿਹੜੇ ਖਾਸ ਕਰਕੇ ਪਿੰਡਾਂ 'ਚ ਬੈਠੇ ਨੇ, ਪਿੰਡਾਂ 'ਚੋਂ ਹਰ ਇੱਕ ਘਰ 'ਚੋਂ ਇੱਕ ਇੱਕ ਬੰਦਾ ਤਾਂ ਜ਼ਰੂਰ ਹੁੰਮ ਹੁਮਾ ਕੇ ਇੱਥੇ ਪਹੁੰਚੇ 26 ਤਰੀਕ ਨੂੰ ਜਿਹੜੀ ਟਰੈਕਟਰ ਰੈਲੀ ਹੋਣੀ ਆ, ਜਿਹੜੀ ਮਾਰਚ ਹੋਣੀ ਆ। ਸੋ ਇਹੀ ਇੱਕ ਤਰੀਕਾ ਆ, ਕਿਉਂਕਿ ਜਿਹੜੀ ਸਾਡੀ ਏਕਤਾ ਆ, ਸਾਡੀ ਜਿਹੜੀ ਇਹ ਯੂਨਿਟੀ ਆ, ਇਸੇ ਚੀਜ਼ ਤੋਂ ਹੀ ਜਿਹੜੀ ਸਰਕਾਰ ਆ ਉਹ ਡਰਦੀ ਆ, ਉਹ ਤੋੜਨਾ ਚਾਹੁੰਦੀ ਆ। ਔਰ ਬਹੁਤ ਕੋਸ਼ਿਸ਼ਾਂ ਕੀਤੀਆਂ ਸਾਡੇ 'ਤੇ ਇਲਜ਼ਾਮ ਲਾ ਕੇ ਕਿ ਅਸੀਂ ਅੱਤਵਾਦੀ ਹਾਂ, ਖਾਲਿਸਤਾਨੀ ਹਾਂ, ਇਹ ਆ ਵੋ ਆ, ਕਿਉਂਕਿ ਉਹਨਾਂ ਨੂੰ ਹੋਰ ਕੋਈ ਤਰੀਕਾ ਲੱਭ ਹੀ ਨਹੀਂ ਰਿਹਾ ਕਿ ਸਾਡੀ ਯੂਨਿਟੀ ਨੂੰ ਕਿੱਦਾਂ ਤੋੜਿਆ ਜਾਵੇ। ਸੋ ਮੈਂ ਇਹੀ ਦਰਖੁਆਸਤ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਕਿ ਯੂਨਿਟੀ ਇੱਦਾਂ ਹੀ ਕਾਇਮ ਰੱਖੋ ਔਰ 26 ਤਰੀਕ ਨੂੰ ਹੁੰਮ ਹੁਮਾ ਕੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਜਪਜੀ ਖਹਿਰਾ ਜੀ ਦਾ, ਜਿਨ੍ਹਾਂ ਨੇ ਬਹੁਤ ਹੀ ਸੁਲਝੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਆ। ਔਰ 26 ਦੀ ਜਿਹੜੀ ਟਰੈਕਟਰ ਮਾਰਚ ਹੈ, ਟਰੈਕਟਰ ਪਰੇਡ ਹੈ, ਉਹਦੇ 'ਚ ਸ਼ਮੂਲੀਅਤ ਹੋਣ ਦਾ ਸੱਦਾ ਦਿੱਤਾ। ਸੋ ਹੁਣ ਰੁਪਿੰਦਰ ਹਾਂਡਾ ਜੀ ਤੁਹਾਡੇ ਰੂਬਰੂ ਹੋਣਗੇ। ਰੁਪਿੰਦਰ ਹਾਂਡਾ ਜੀ, ਜਿੰਨੀ ਵੀ ਸੰਗਤ ਇੱਥੇ ਪਹੁੰਚੀ ਹੈ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੱਲ੍ਹ ਸਰਸਾ ਸ਼ਹਿਰ ਤੋਂ ਇੱਕ ਕਾਰ ਰੈਲੀ ਰਵਾਨਾ ਕੀਤੀ ਸੀ। 22 ਗਰੁੱਪ ਸਟੂਡੈਂਟ ਔਰਗਨਾਈਜੇਸ਼ਨ ਵੱਲੋਂ ਇਹ ਕਾਰ ਰੈਲੀ ਔਰਗਨਾਈਜ਼ ਕੀਤੀ ਗਈ ਸੀ ਔਰ ਮੇਰੇ ਸਾਰੇ ਭਰਾਵਾਂ ਨੇ ਮੈਨੂੰ ਹੁਕਮ ਲਾਇਆ ਸੀਗਾ ਕਿ ਭੈਣ ਤੁਸੀਂ ਨਾਲ ਜਾਣਾ। ਸੋ ਸਾਰੇ ਵੀਰਾਂ ਦੀ ਅਗਵਾਈ ਦੇ ਵਿੱਚ ਭੈਣ ਨੂੰ ਉਹਨਾਂ ਨੇ ਅੱਗੇ ਕੀਤਾ ਅਤੇ ਸਾਰੇ ਅਸੀਂ ਰਲ ਮਿਲ ਕੇ ਇੱਕ ਉਸ ਕਾਰ ਰੈਲੀ ਨੂੰ ਅਸੀਂ ਟਿਕਰੀ ਕੱਲ੍ਹ ਅਸੀਂ ਰਾਤ ਪਹੁੰਚੇ 7 ਵਜੇ। ਸੋ ਮੇਨ ਜਿਹੜਾ ਇਸ ਕਾਰ ਰੈਲੀ ਨੂੰ ਔਰਗਨਾਈਜ਼ ਕਰਨ ਦਾ, ਉਲੀਕਣ ਦਾ ਜਿਹੜਾ ਮਕਸਦ ਸੀਗਾ ਉਹ ਸੀ ਸਾਡੀਆਂ ਭੈਣਾਂ ਦਾ ਦਿਨ ਸੀਗਾ ਕੱਲ੍ਹ, ਸਾਡਾ ਦਿਨ ਸੀਗਾ। ਸੋ ਮਹਿਲਾ ਦਿਵਸ ਦੀਆਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਬਹੁਤ ਬਹੁਤ। ਸੋ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਇੰਨੇ ਸਾਡੇ ਵੀਰਾਂ ਦੇ ਵਿੱਚ ਜੇ ਮੈਂ ਇਕੱਲੀ ਇੱਕ ਕਾਰ ਰੈਲੀ ਲੈ ਕੇ ਅਸੀਂ ਇੱਥੇ ਪਹੁੰਚ ਸਕਦੇ ਹਾਂ ਤਾਂ ਤੁਸੀਂ ਵੀ ਬਹੁਤ ਕੁਝ ਕਰ ਸਕਦੇ ਹੋ। ਸਾਡੀਆਂ ਭੈਣਾਂ ਜਿਹੜੀਆਂ ਸਾਡੀਆਂ ਬੀਬੀਆਂ ਘਰਾਂ ਦੇ ਵਿੱਚ ਬੈਠੀਆਂ, ਜੇ ਉਹ ਨਾ ਹੁੰਦੀਆਂ ਤਾਂ ਸ਼ਾਇਦ ਜਿਹੜੇ ਇੱਥੇ ਸਾਡੇ ਬਜ਼ੁਰਗ ਪਹੁੰਚੇ ਆ, ਵੀਰ ਪਹੁੰਚੇ ਆ, ਅੱਜ ਇਸ ਮੋਰਚੇ 'ਤੇ ਇੰਨਾ ਡਟ ਕੇ ਇੰਨੇ ਬੇਫਿਕਰੀ ਨਾਲ ਨਾ ਬੈਠੇ ਹੁੰਦੇ। ਉਹਨਾਂ ਨੂੰ ਘਰ ਦਾ ਕੋਈ ਫਿਕਰ ਨਹੀਂ ਆ ਪਿੱਛੇ, ਕਿਉਂਕਿ ਘਰ ਪਿੱਛੇ ਸਾਡੀਆਂ ਭੈਣਾਂ ਨੇ, ਬੀਬੀਆਂ ਨੇ ਸੰਭਾਲੇ ਹੋਏ ਆ। ਕਰੀ ਤਾੜੀ ਮਾਰ ਦਿਓ ਸਾਡੀਆਂ ਬੀਬੀਆਂ ਭੈਣਾਂ ਦੇ ਨਾਂ 'ਤੇ। ਸੋ ਸਾਡੀਆਂ ਭੈਣਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸਾਡਾ ਅੱਜ ਦਾ ਜਿਹੜਾ ਮੈਂ ਕਾਰ ਰੈਲੀ ਦੀ ਜਿਹੜੀ ਗੱਲ ਕਰ ਰਹੀ ਹਾਂ, ਕੱਲ੍ਹ ਸਰਸਾ ਸ਼ਹਿਰ ਤੋਂ ਸ਼ੁਰੂ ਹੋ ਕੇ ਟਿੱਕਰੀ ਪਹੁੰਚੀ ਸੀ ਔਰ ਅੱਜ ਟਿੱਕਰੀ ਤੋਂ ਅਸੀਂ ਸਿੰਘੂ ਪਹੁੰਚੇ ਹਾਂ। ਸੈਂਕੜੋ ਗੱਡੀਆਂ ਕਾਰਾਂ ਇੱਥੇ ਨਾਲ ਵੀਰ ਸਾਡੇ ਪਹੁੰਚੇ ਆ। ਸੋ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਹਰਿਆਣਾ ਤੋਂ ਪਹਿਲੀ ਵਾਰ ਸਟੂਡੈਂਟ ਔਰਗਨਾਈਜੇਸ਼ਨ ਕਿਸੇ ਨੇ ਇਹ
ਇਹ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਹਾਲੇ ਹਰਿਆਣਾ ਤੋਂ ਕਿਸੇ ਵੀ ਸਟੂਡੈਂਟ ਫੈਡਰੇਸ਼ਨ ਨੇ ਜਾਂ ਆਰਗੇਨਾਈਜੇਸ਼ਨ ਨੇ ਇਹ ਸਟੈਪ ਲਿਆ ਹੀ ਨਹੀਂ ਸੀਗਾ ਸੋ ਅਸੀਂ ਸਿਰਫ ਇਸ ਕਰਕੇ ਸਰਕਾਰ ਰੈਲੀ ਨੂੰ ਲਿਖਿਆ ਕਿ ਸਾਡੇ ਹੋਰ ਜਿੰਨੀਆਂ ਵੀ ਹਰਿਆਣੇ ਤੋਂ ਸਟੂਡੈਂਟ ਆਰਗੇਨਾਈਜੇਸ਼ਨਸ ਨੇ ਉਹ ਵੀ ਅੱਗੇ ਆਉਣ ਸਾਡੇ ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾਉਣ ਸੋ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਔਰ ਉਸ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਅਸੀਂ ਜਲਦੀ ਤੋਂ ਜਲਦੀ ਸਾਡੇ ਕਿਸਾਨ ਵੀਰਾਂ ਨੂੰ ਹੱਕ ਮਿਲੇ ਔਰ ਇਹ ਆਪਣੇ ਘਰਾਂ ਦੇ ਵਿੱਚ ਖੁਸ਼ੀ ਖੁਸ਼ੀ ਵਾਪਸ ਜਾਣ ਕਿਉਂਕਿ ਸਾਥੋਂ ਵੀ ਨਹੀਂ ਦੇਖੇ ਜਾਂਦੇ ਕਿ ਜਿਸ ਤਰ੍ਹਾਂ ਸਾਡੇ ਬਜ਼ੁਰਗ ਇੰਨੀ ਠੰਡ ਦੇ ਵਿੱਚ ਇੱਥੇ ਰਹਿ ਰਹੇ ਆ ਛੋਟੇ ਛੋਟੇ ਬੱਚੇ ਸਾਡੀਆਂ ਬੀਬੀਆਂ ਕਿਉਂਕਿ ਮੈਂ ਖੁਦ ਇੱਥੇ ਟੈਂਟਾਂ ਦੇ ਵਿੱਚ ਰਹਿ ਕੇ ਗਈ ਹਾਂ ਹਰ ਬਾਰਡਰ 'ਤੇ ਜਾ ਜਾ ਕੇ ਅਸੀਂ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਇੱਕ ਕੁੜੀ ਹੋਣ ਦੇ ਨਾਤੇ ਸਾਨੂੰ ਕੀ ਦਿੱਕਤਾਂ ਆ ਸਕਦੀਆਂ ਮੈਂ ਖੁਦ ਉੱਥੇ ਰਹਿ ਕੇ ਮਹਿਸੂਸ ਕੀਤਾ ਔਰ ਜਿੰਨਾ ਵੀ ਹੋ ਸਕਦਾ ਅਸੀਂ ਪਹਿਲੇ ਦਿਨ ਤੋਂ ਲੱਗੇ ਹਾਂ ਮੈਂ ਇੱਕ ਕੁੜੀ ਹਾਂ ਪਰ ਮੈਂ ਫਿਰ ਵੀ ਪਹਿਲੇ ਦਿਨ ਤੋਂ ਲੱਗੀ ਹਾਂ ਕਿ ਜੋ ਵੀ ਇਸ ਅੰਦੋਲਨ ਨੂੰ ਅਸੀਂ ਦੇ ਸਕਦੇ ਹਾਂ ਮੈਂ ਨਾਲ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜ੍ਹਾਂ ਔਰ ਜੋ ਵੀ ਸੇਵਾ ਦੇ ਸਕਦੇ ਹਾਂ ਸੇਵਾ ਕਰਦੇ ਰਹੀਏ ਔਰ ਪਰਮਾਤਮਾ ਇਹ ਬਲ ਹੋਰ ਬਖਸ਼ੇ ਕਿ ਜਦੋਂ ਤੱਕ ਇਹ ਅੰਦੋਲਨ ਚੱਲਦਾ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਤੁਹਾਡਾ ਸਾਥ ਦਿੰਦੇ ਰਹੀਏ ਔਰ ਬਸ ਮੈਂ ਇਹੀ ਅਰਦਾਸ ਕਰਦੀ ਹਾਂ ਕਿ ਬਸ ਸਾਨੂੰ ਛੇਤੀ ਤੋਂ ਛੇਤੀ ਆਪਣੇ ਇਹ ਹੱਕ ਮਿਲਣ ਔਰ ਸਾਰੇ ਆਪਣੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਦੇ ਨਾਲ ਬੈਠੇ ਹੋਣ ਔਰ ਸਾਡੇ ਬਜ਼ੁਰਗ ਆਰਾਮ ਨਾਲ ਆਪਣੀ ਰਜਾਈਆਂ 'ਚ ਜਾ ਕੇ ਬੈਠਣ ਜਿਹੜੇ ਅੱਜ ਜਿਨ੍ਹਾਂ ਦਾ ਆਹ ਬਣਦਾ ਨਹੀਂ ਸੀਗਾ ਕਿ ਅੱਜ ਉਹ ਸੜਕਾਂ 'ਤੇ ਆ ਕੇ ਉਹਨੂੰ ਰਹਿਣਾ ਜਿਹੜਾ ਪੈ ਰਿਹਾ ਉਹਨਾਂ ਨੂੰ ਇਹ ਬਣਦਾ ਨਹੀਂ ਸੀ ਦੇਖਿਆ ਨਹੀਂ ਜਾਂਦਾ ਸੋ ਮੈਂ ਜ਼ਿਆਦਾ ਕੁਛ ਨਹੀਂ ਕਹੂੰਗੀ ਮੈਂ ਭੈਣਾਂ ਦੇ ਲਈ ਇੱਕ ਗੀਤ ਬਣਾਇਆ ਸੀਗਾ ਹੱਲਾ ਸ਼ੇਰੀ ਭੈਣਾਂ ਮੇਰਾ ਸਾਥ ਦੇਣਗੀਆਂ ਸਾਰੀਆਂ ਅੱਛਾ ਕੋਈ ਪਰਵਾਹ ਨਹੀਂ ਫਿਰ ਡੇਰੇ ਪੱਕੇ ਆ ਬੀਬੀ ਕਹਿੰਦੀ ਇੱਧਰ ਜਾਈਆਂ ਦੀ ਕਮੀ ਨਹੀਂ ਆ ਡੇਰੇ ਪੱਕੇ ਆ ਕੋਈ ਪਰਵਾਹ ਨਹੀਂ ਭਾਵੇਂ ਸਾਲ ਲੱਗ ਜਾਏ ਭਾਵੇਂ ਦੋ ਲੱਗ ਜਾਣ ਸਤਿ ਸ੍ਰੀ ਅਕਾਲ ਸੋ ਇਸੇ ਆਹ ਜਿਹੜਾ ਜਜ਼ਬਾ ਹੈ ਨਾ ਸਾਡੀਆਂ ਬੀਬੀਆਂ ਦਾ ਇਸੇ ਜਜ਼ਬੇ ਨੂੰ ਲੈ ਕੇ ਗੀਤ ਬਣਾਇਆ ਸੀ ਉਹ ਗੀਤ ਤੁਹਾਡੀ ਨਜ਼ਰ ਜੀ ਰੱਖੀ ਬਾਪੂ ਦਾ ਤੇ ਆਪਣਾ ਖਿਆਲ ਵੇ ਰਹੂ ਮੇਰੀ ਅਰਦਾਸ ਤੇਰੇ ਨਾਲ ਵੇ ਰੱਖੀ ਬਾਪੂ ਦਾ ਤੇ ਆਪਣਾ ਖਿਆਲ ਵੇ ਰਹੂ ਮੇਰੀ ਅਰਦਾਸ ਤੇਰੇ ਨਾਲ ਵੇ ਇਹ ਕੌਮ ਆ ਪੰਜਾਬੀਆਂ ਦੀ ਵੱਖਰੀ ਜਿਹੜਾ ਸਣ ਲੈ ਜੂ ਪੱਟ ਕੇ ਹੋ ਕਣਕਾਂ ਨੂੰ ਪਾਣੀ ਵੇ ਮੈਂ ਆਪ ਲਾਉਂਗੀ ਵੇ ਤੂੰ ਦਿੱਲੀ ਵਿੱਚ ਖੜਾ ਰਹੀ ਡਟ ਕੇ ਕਣਕਾਂ ਨੂੰ ਪਾਣੀ ਵੇ ਮੈਂ ਆਪ ਲਾਉਂਗੀ ਵੇ ਤੂੰ ਦਿੱਲੀ ਵਿੱਚ ਖੜਾ ਰਹੀ ਡਟ ਕੇ ਸੋ ਇਸ ਜਜ਼ਬਾ ਇਸੇ ਤਰ੍ਹਾਂ ਕਾਇਮ ਰੱਖਣਾ ਹੈ ਆਪਾਂ ਔਰ 26 ਤਰੀਕ ਦੇ ਲਈ ਜਿਹੜਾ ਵੀ ਪ੍ਰੋਗਰਾਮ ਲਿਖਿਆ ਗਿਆ ਜਿੰਨੀਆਂ ਵੀ ਜਥੇਬੰਦੀਆਂ ਨੇ ਤੁਹਾਨੂੰ ਜੋ ਵੀ ਪ੍ਰੋਗਰਾਮ ਬਣੂਗਾ ਜੋ ਵੀ ਇੰਸਟਰਕਸ਼ਨਸ ਮਿਲਣਗੀਆਂ ਮੈਂ ਸਿਰਫ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਜਿਹੜਾ ਯੂਥ ਹੈਗਾ ਬਹੁਤ ਜੋਸ਼ ਆ ਉਹਨਾਂ ਦੇ ਵਿੱਚ ਇਹ ਜੋਸ਼ ਨੂੰ ਅਸੀਂ ਬਰਕਰਾਰ ਰੱਖਣਾ ਪਰ ਅਸੀਂ ਡਿਸਿਪਲਿਨ ਦੇ ਵਿੱਚ ਰਹਿਣਾ ਜੋ ਵੀ ਹੁਕਮ ਹੋਊਗਾ ਅਸੀਂ ਉਹਨਾਂ ਦੇ ਇੰਸਟਰਕਸ਼ਨਸ ਦੇ ਮੁਤਾਬਕ ਚੱਲਣਾ ਔਰ ਇਸੇ ਤਰ੍ਹਾਂ ਡਟ ਕੇ ਖੜ੍ਹੇ ਰਹਿਣਾ ਇਸੇ ਦੇ ਨਾਲ ਮੈਂ ਬਾਈ ਜੀ ਮੇਰੇ ਨਾਲ ਨੇ ਬਾਈ ਗਰੁੱਪ ਸਟੂਡੈਂਟ ਆਰਗਨਾਈਜੇਸ਼ਨ ਵੱਲੋਂ ਦੋ ਸ਼ਬਦ ਉਹ ਵੀ ਤੁਹਾਡੇ ਨਾਲ ਸਾਂਝੇ ਕਰਨਗੇ ਤੇਰੀ ਆਕੜ ਰਹਿ ਗਈ ਮਾਰਨ ਵਾਲੀ ਜ਼ਮੀਰ ਤਾਂ ਪਹਿਲਾਂ ਹੀ ਮਰਿਆ ਹੋਇਆ ਏ ਜ਼ਮੀਰ ਤਾਂ ਪਹਿਲਾਂ ਹੀ ਮਰਿਆ ਹੋਇਆ ਏ ਤੇਰੀਆਂ ਹਰਕਤਾਂ ਦੱਸਦੀਆਂ ਨੇ ਦਿੱਲੀਏ ਕਿ ਹਾਕਮ ਹੁਣ ਡਰਿਆ ਹੋਇਆ ਏ ਹਾਕਮ ਹੁਣ ਡਰਿਆ ਹੋਇਆ ਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਜਥੇਬੰਦੀਆਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦੀ ਹਾਂ ਸਟੇਜ ਸੰਚਾਲਨ ਦੇ ਤਹਿ ਦਿਲੋਂ ਧੰਨਵਾਦੀ ਹਾਂ ਹਰ ਇੱਕ ਇੱਥੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪਹੁੰਚੇ ਹਰ ਇੱਕ ਸ਼ਖਸ ਦਾ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਇੱਥੇ ਇੰਨਾ ਵੱਡਾ ਯੋਗਦਾਨ ਪਾਇਆ ਮੈਂ ਜ਼ਿਆਦਾ ਗੱਲ ਨਹੀਂ ਕਰਦਾ ਬਸ ਇੰਨੀ ਗੱਲ ਕਰੂੰਗਾ ਕਿ ਸਾਡਾ ਇੱਥੋਂ ਸਟੂਡੈਂਟ ਰੈਲੀ ਲੈ ਕੇ ਆਉਣ ਦਾ ਮਤਲਬ ਇੱਕ ਬਾਈ ਗਰੁੱਪ ਨੇ ਵੱਡਾ ਉਪਰਾਲਾ ਕੀਤਾ ਕਿਉਂਕਿ ਅੱਜ ਤੱਕ ਸਾਡੀਆਂ ਸਟੂਡੈਂਟ ਯੂਨੀਅਨਸ ਨੂੰ ਹਮੇਸ਼ਾ ਰਾਜਨੀਤਿਕ ਪਾਰਟੀਆਂ ਯੂਜ਼ ਕਰਦੀਆਂ ਆਈਆਂ ਨੇ ਜਦੋਂ ਵੀ ਕਿਸੇ ਰਾਜਨੀਤਿਕ ਪਾਰਟੀ ਨੇ ਰੈਲੀ ਕਰਨੀ ਹੁੰਦੀ ਹੈ ਉਦੋਂ ਸਟੂਡੈਂਟ ਯੂਨੀਅਨ ਜਦੋਂ ਆਪਦੇ ਇਲੈਕਸ਼ਨਾਂ ਦੀ ਕੰਪੇਨਿੰਗ ਕਰਨੀ ਹੈ ਤਾਂ ਵੀ ਸਟੂਡੈਂਟ ਯੂਨੀਅਨ ਜੇ ਕਿਤੇ ਰੌਲਾ ਰੱਪਾ ਕਰਨਾ ਤਾਂ ਵੀ ਸਟੂਡੈਂਟ ਯੂਨੀਅਨ ਇਹ ਸਟੂਡੈਂਟ ਯੂਨੀਅਨ ਦੇ ਵਿੱਚ ਹਰੇਕ ਮਜ਼ਦੂਰ ਦਾ ਬੱਚਾ ਦੁਕਾਨਦਾਰ ਦਾ ਬੱਚਾ ਛੋਟੇ ਵਪਾਰੀ ਦਾ ਬੱਚਾ ਅਤੇ ਸਾਡੇ ਜ਼ਿਮੀਂਦਾਰਾਂ ਦੇ ਬੱਚੇ ਨੇ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਇੱਕ ਹੀ ਉਪਰਾਲਾ ਸੀ ਕਿ ਸਾਡੀਆਂ ਅੱਜ ਜਥੇਬੰਦੀਆਂ ਨੂੰ ਜ਼ਰੂਰਤ ਹੈ ਕਿ ਜਿਹੜੇ ਲੋਕ ਸਾਨੂੰ ਅੱਜ ਤੱਕ ਯੂਜ਼ ਕਰਦੇ ਆਏ ਸਾਡੇ ਇਹਨਾਂ ਬੱਚਿਆਂ ਨੂੰ ਯੂਜ਼ ਕਰਦੇ ਆਏ ਇਹਨਾਂ ਦੇ ਮੋਢੇ 'ਤੇ ਰੱਖ ਕੇ ਕੰਮ ਕਰਦੇ ਆਏ ਅੱਜ ਸਾਡਾ ਬਣਦਾ ਸੀ
कि असी सारे स्टूडेंट सारिया यूनियंस इस अंदोलन के नाल खड़ीए और जो अज जथेबंदियां नूं लोड़ है चाहे वह वलंटियरस की लड़ है चाहे वह पहरेदारा की लड़ है चाहे वह सेवादारा की लड़ है चाहे वह सफाई करने वाल की लड़ है। मैं बाई ग्रुप वालों सारिया जथेबंदियां विश्वास दवाना है कि साढ़े जिने भी हजारा मुंडे आवगे जिथे भी ड्यूटी लाओगे सारा दिन कहोगे एक मोड़ से खड़ के पहरेदारी करे रातों कहोगे ट्रालिया की पहरेदारी करे जिथे भी जरूरत होई असी हर गल अगे ग्रुप वाले मुंडे कभी भी तुम एक अद्धी आवाज मार दो असी ताड़े तो पिछे नहीं हटांगे पहला कुर्बानियां असी देवांगे। सारे ही जिमीदारा के बच्चे कॉलेजां च पढ़ते ने मजदूरां दे पढ़ते ने एक होर हुण असी आए हां कारां दी रैली लैके जिदे विच असी कल 200 तो 250 कारां लैके टिकरी बॉर्डर रात 7 बजे पहुंचे सीगे अज थोड़ा लेट हो गए इतने लेट पहुँचे असी 20 तो लैके 22 तरीक दे विच असी सरसे तो हजारा ट्रैक्टर का काफिला लैके चलन वाले हैं। साड़ी बिल्कुल तैयारी है असी पिंड पिंड जाके घर घर जाके तैयारी की है ट्रैक्टर नोट किए ने सरसे डिस्ट्रिक्ट वालों साढ़े घट्टो घट हजारा की गिणती तो वध ट्रैक्टर तुलन गए चलन गए असी मेरा पिंड बहावदी ने सरसे दे लागे जिते टोल प्लाजे से धरना लगता है डेली 500 तो वध लोग उत्थे आउंदे ने और उस टोल प्लाजे के उत्ते इस टाइम हजार की गिणती तो उपर ट्रैक्टर वाले आप नाम नोट करवा के गए ने सानू कह के जिन्होंने कहा वह आउणगे पर होर भी बहुत लोग जड़े अपने आप मुहारे हो के चले हुए है। जेकर टाइम होवे तो एक मिनट का होर एक अपील मेरी जथेबंदियां नूं जो ये सानू कदी खालिस्तानी कदी वक्खवादी कदी कुछ कह रहे ने ना इन्हां दा मिशन पंजाब हरियाणे विच नहीं चल रहा। जिथों तक मैं नॉलेज रखदा जाके देखो MP तो अगे महाराष्ट्र जिहड़ा राजस्थान का इंदौर तो अगे का एरिया जिथे लोग बिल्कुल अनपढ़ ने उत्थे जाके ये साडे अंदोलन नूं किन्ना पुट्ठा साबित कर रहे ने मैं थोड़ी जी वह गल करन लगा उत्थे ये साडे लंगरां दीआं फोटोआं साडे ट्रैक्टरां दीआं फोटोआं साडे इतिहास दीआं फोटोआं पेश करके उत्थे उन्हां लोकां नूं बहकाया किवें जा रहा उत्थे जाके कहिंदे ने कि जेकर इहो जिहे ट्रैक्टर वड्डे वड्डे ट्रैक्टर तुसीं लैणे आ एवें पजैरुआं दे मगर ट्रालियां तुसीं पाउणियां फॉरचूनरां मगर ट्रालियां तुसीं पाउणियां ते ए जो सरकार ने सरकारी रेट दे दे के इन्हां किसान लोकां नूं एक सरमाएदार बनाता और ये बहुत वड्डी फसलां वेच वेच के अमीर हो गए उन्हां नूं पहका रहे ने कि हुण ये लोग बागी हो के खालिस्तान की मंग कर रहे हैं वह कह नहीं रहे कि किसानी की लड़ाई लड़ रहे हैं। मैं अपने IT सैल जिहड़ा किसानां दा IT सैल है उहनूं कहूँगा कि इत्थों साडे बुलारियां दीआं स्पीचां नूं ट्रांसलेट करके उन्हां दी लैंग्वेज दे विच उत्थे भेजा जावे ताकि उत्थों दे किसानां नूं गुमराह ना कीता जा सके। ये बहुत ही जरूरी गल है। ज़्यादातर मेरा कंपाइना का काम है असी उधर जाते रहने वो लोग साढ़े तो इस गल तो नाराज है शायद असी किसी वक्रे देश की मांग कर रहे हैं ये साड़ी RS की टीम साढ़े पैरलर चल के उत्थे साडा अंदोलन जिहड़ा लिस्सा पाउण दी गल कर रही है। इस करके बहुत दीआं गल्लां ना करदा होया एक ही गल कहूँगा इन्हां सरकारां नूं जिन्ना मर्जी जोर लगदा ला लो असी ये जथेबंदियां साडे आगू ऐसे ने कि इन्हां ने कदी ढहण वाली गल ही नहीं करनी इन्हां दी अगवाई 26 जनवरी नूं जिवें कहणगे उवें दा जिवें जिथे कहणगे मार्च पास करांगे जरूर करांगे बस दो लाइनां कह के वापसी करूँगा। दुश्मन रोज जमदा फिर भी मर जांदा असी नित मरदे हाँ फिर भी मुकदे नहीं तू साडी हिक ते रोज नवे जखम देवे ओ साडी तां पहलों ही हिक तो पुराने जखम सुकदे नहीं साडी तां पहलों ही हिक तो पुराने जखम सुकदे नहीं जेकर वैरी गिण के गोलियां साडे सीने ते मारदा नहीं कदी गिण के लाशां असी वी चुकदे नहीं सफरी शहीदां दी मड़ी नूं अज वी लोग पूजदे ने ते माड़े बंदे दी मड़ी ते लोग थुकदे नहीं माड़े बंदे दी मड़ी ते लोग थुकदे नहीं। इन्नियां ही गल्लां कहिंदा होया खिमा दा जा चुक्कियां कोई वध घट गल होवे माफ करना बाई ग्रुप हमेशा इस अंदोलन दे नाल खड़ा जिन्नी देर ये अंदोलन खत्म नहीं हुंदा चाहे वह 4 दिन
चाहे वह चार महीने चाहे वह चार साल लग जाए, बाई ग्रुप के हमेशा स्टूडेंट्स इतने अवेलेबल रहेंगे जिन्ना चेर ये जित साढ़े हाथ च नहीं आती। वाहेगुरू जी का खालसा, श्री वाहेगुरू जी की फतेह। जाते जाते मैं थोड़े नाल सिर्फ एक गल सांझी करना चाहनी हाँ कि सरकारां हुण अपने तरीके दे नाल डरा रही हैं, चाहे वह पत्रकार साढ़े वीर ने, चाहे वह कलाकार ने, चाहे वह किसान ने, तो चाहे कोई भी इंसान है जिहड़ा इत्थे ग्राउंड लैवल ते आके किसानां दे नाल खड़ रहा, उहनां नूं सपोर्ट कर रहा, वह तरीके नाल डरा रहे ने, नोटिस भेज रहे ने, एफ आई आर हो रही ने, की हो रहा। तो मैनूं आउंदिया सार पिछे एक क्वेश्चन किया पत्रकार ने किसी ने, तो मैनूं कहिंदे वी तुहानूं डर नहीं लगता? मैं कहा जे हुण जे खड़ ही गईआं नाल, हुण मर जाइए मुक जाइए एवें नहीं मुड़ना, हुण इन्हां नाल ही आ, भावें मर जाइए तो भावें तर जाइए। तो मैं जाते जाते दो नारे आप लावांगे। मैं कहना है मोदी खड़ा अमीरां नाल, असी खड़े जमीरां नाल, असी खड़े जमीरां नाल, मोदी खड़ा अमीरां नाल, असी खड़े जमीरां नाल, किसान एकता, किसान एकता जिंदाबाद, जिंदाबाद। बहुत बहुत शुक्रिया जी, बहुत बहुत।